ਸੰਤਨ ਗਿਆਨੀ ਸਿੰਘ ਜੀ ਦੀ 107ਵੀਂ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਬੈਠੇ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਗਿਆਨਜੀਤ ਸਿੰਘ ਬਾਰੇ ਗੱਲ ਕਰਾਂਗਾ। ਇਸ ਤੋਂ ਪਹਿਲਾਂ ਦੋ ਪਲੈਨਾਂ ਦੱਸਣੀ ਆ ਕਿ ਜੇ ਇਸ ਸਮਾਗਮ ਅੱਜ ਹੋ ਰਹੇ ਹਾਂ ਪੂਰੇ ਵਰਲਡ ਦੇ ਵਿੱਚ ਗਿਆਨਜੀਤ ਸਿੰਘ ਨੂੰ ਯਾਦ ਕੀਤਾ ਜਾਣ ਲੱਗ ਪਿਆ। ਬਹੁਤ ਸਾਰੀਆਂ ਮੇਰੇ ਮੁਤਾਬਕ ਜਿਹੜੀ ਹੈਗੀ 35-36 ਲਾਇਬ੍ਰੇਰੀਆਂ ਬਣ ਚੁੱਕੀਆਂ, ਜਿਹਦਾ ਦਾ 10 ਕਿਲੋ ਦਾ ਮੈਂ ਖੁਦ ਉਦਘਾਟਨ ਕੀਤਾ। ਇਹਦਾ ਜੇ ਸਿਰਾ ਜਾਂਦਾ ਹੈ ਤਾਂ ਸਰਦਾਰ ਸੰਦੇਸ਼ ਸਿੰਘ ਜੀ ਲਾਜ ਲੁਧਿਆਣੇ ਵਾਲੇ, ਉਹ 2001 ਦੇ ਵਿੱਚ ਮੇਰੇ ਸਕੂਲ ਵਿੱਚ ਮੈਨੂੰ ਲੱਭਦੇ ਆਏ ਤੇ ਉਹ ਕਹਿਣ ਲੱਗੇ, ਪ੍ਰਿੰਸੀਪਲ ਸਾਹਿਬ ਜੇ ਗਿਆਨੀ ਜਿੱਤ ਸਿੰਘ ਦੀ 100 ਸਾਲਾ ਬਰਸੀ ਵੀ ਨਾ ਮਨਾਈ ਗਈ ਤਾਂ ਜੇ ਕੋਈ ਗਿਆਨੀ ਜਿੱਤ ਸਿੰਘ ਨੂੰ ਜਾਣਦਾ ਉਹ ਹਮੇਸ਼ਾ ਲਈ ਖਤਮ ਹੋ ਜਾਣਗੇ। ਤੁਸੀਂ ਉਹਨਾਂ ਦੇ ਪਿੰਡ ਦੇ ਹੋ, ਮੈਨੂੰ ਪਤਾ ਲੱਗਿਆ ਵੀ ਉਹਨਾਂ ਨਾਲ ਤੁਸੀਂ ਤੁਹਾਡਾ ਲਗਾ ਹੈ, ਤੁਹਾਡੇ ਬਜ਼ੁਰਗਾਂ ਨੇ ਕੰਮ ਕੀਤਾ ਵੀ ਤੁਸੀਂ ਹੰਭਲਾ ਮਾਰੋ, ਇੱਕ ਸੁਸਾਇਟੀ ਬਣਾਓ ਤੇ 100 ਸਾਲਾ ਵਰਸੀ ਜਿਹੜੀ ਹੈ ਸ਼ਪਥ ਦੇ ਬਣਾਓ। ਇਸ ਨੂੰ ਮੁੱਖ ਰੱਖਦੇ ਹੋਏ ਗਿਆਨੀ ਜਿੱਤ ਸਿੰਘ ਇੰਟਰਨੈਸ਼ਨਲ ਮੈਮੋਰੀਅਲ ਸੁਸਾਇਟੀ ਰਜਿਸਟਰ ਬਣਾਈ ਗਈ। ਲੁਧਿਆਣੇ ਜਿਹੜਾ ਹੈਗਾ ਪਹਿਲਾਂ ਕਿਲੋਮੀਟਰ ਚੰਡੀਗੜ੍ਹ ਵਿਖੇ ਬਣਾਇਆ ਸੀ, ਫਿਰ ਲੁਧਿਆਣੇ ਸੁਆਬਾ ਨਗਰ ਵਿਖੇ ਚੋਣ ਹੋਈ ਸੀ, 10 ਨੂੰ ਉਹਦਾ ਪ੍ਰਧਾਨ ਬਣਾਇਆ ਸੀ ਤੇ ਇੰਜੀਨੀਅਰ ਸੁਰਿੰਦਰ ਸਿੰਘ ਨੂੰ ਜਨਮ ਸਕੱਤਰ ਬਣਾਇਆ ਸੀ। ਹਰ ਸਾਲ ਅਸੀਂ 2 ਸਮਾਗਮ ਕਰਦੇ ਸੀ। ਇੱਕ ਤਰ੍ਹਾਂ ਦੇ ਦਿਮਾਗ ਚ ਆਏ ਬਸ ਪਹਿਲਾਂ ਦੇ ਵੀ ਕਹਿੰਦੇ ਸਰਦਾਰ ਸਾਹਿਬ ਤੁਸੀਂ ਇੱਕ ਫੰਕਸ਼ਨ ਜਾਂ 2 ਫੰਕਸ਼ਨ ਕਰਕੇ ਸੌਂ ਜਾਂਦੇ ਹੈ ਵੀ ਕਿਉਂ ਨਾ ਕੋਈ ਸਾਲਾ ਕੱਢਿਆ ਜਾਵੇ ਇਹਨਾਂ ਦੇ ਨਾਂ ਤੇ। ਮੈਂ ਰਿਟਾਇਰਮੈਂਟ ਤੋਂ ਬਾਅਦ ਭਾਈ ਜਸ ਸਿੰਘ ਪੱਤਰਕਾਰ ਦਾ ਨਾਮ ਦਾ ਜਿਹੜਾ ਹੈ ਮੈਗਜ਼ੀਨ ਸ਼ੁਰੂ ਕੀਤਾ ਤੇ 10 ਸਾਲ ਤੋਂ ਰਵੀ ਕਿਰਪਾ ਉਹ ਚੱਲ ਰਿਹਾ ਤੇ 13 ਦੇਸ਼ਾਂ ਦੇ ਵਿੱਚ ਜਾਂਦਾ, ਪੂਰੀ ਦੁਨੀਆਂ 'ਚ ਜਾਣ ਕੇ ਗਿਆਨੀਜੀਤ ਸਿੰਘ ਦਾ ਨਾਮ ਚੱਲ ਰਿਹਾ। ਸਮਾਗਮ ਹੁੰਦੇ ਆ, ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਤੇ ਇੱਕ ਬੰਦੇ ਦੀ ਮੈਂ ਕਹਿੰਦਾ ਸੋਚ ਦੇ ਨਾਲ ਹੋਇਆ। ਮੈਂ ਉਹਨਾਂ ਨੂੰ ਸਮਾਗਮ ਤੇ ਭਾਵੇਂ ਉਹ ਚਲੇ ਗਏ ਉਹ ਮੈਂ ਵਧਾਈ ਦੇਣਾ ਚਾਹੁੰਦਾ ਤੇ ਉਸ ਤੋਂ ਬਾਅਦ ਗੱਲ ਉਹਨਾਂ ਤੁਸੀਂ ਗੱਲ ਥੋੜ੍ਹੀ ਕਰਾਂਗਾ ਪਰ ਹੈ ਬਹੁਤ ਵੱਡੀ ਕਿਉਂਕਿ ਮੈਂ ਇਹਦੀ ਕਾਫੀ ਨਹੀਂ ਚੁੱਕਿਆ ਹੋਣੇ। ਸਿੱਖ ਕੌਮ ਦੇ ਗੌਰਮੀ ਵਿਦਵਾਨ ਗਿਆਨਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਹੋ ਗਈ। ਉਸ ਸਮੇਂ ਸਿੱਖਾਂ ਦੀ ਗਿਣਤੀ 1 ਕਰੋੜ ਤੋਂ ਵੱਧ ਸੀ, ਪਰੰਤੂ ਜਿਨ੍ਹਾਂ ਨੇ ਸਰਦਾਰੀਆਂ ਲਾਲ ਪਾਸ ਚਲਾਈਆਂ ਸੀ ਉਹ ਗਦਾਰੀਆਂ 'ਚ ਬਦਲ ਗਈਆਂ ਤੇ 1861 ਦੀ ਮਰਦਮਸ਼ੁਮਾਰੀ ਵਿੱਚ
ਸਿੱਖਾਂ ਦੀ ਕੁੱਲ ਗਿਣਤੀ 1 ਕਰੋੜ ਤੋਂ ਘੱਟ ਕੇ 18,70,429 ਰਹਿ ਗਈ ਸੀ। ਸਿੱਖੀ ਦੇ ਵਿਹੜੇ ਦੇ ਵਿੱਚ ਇੱਕ ਚੈਲੰਜ ਆ ਗਿਆ ਸੀ, ਉਹ ਚੈਲੰਜ ਨੂੰ ਪਹਿਲਾਂ ਕੋਈ ਨਹੀਂ ਸੀ। 1872 ਵਿੱਚ 4 ਸਿੱਖ ਘਰਾਣਿਆਂ ਦੇ ਲੜਕਿਆਂ ਨੇ ਜੋ ਕਿ ਮਿਸ਼ਨਰੀ ਸਕੂਲ ਅੰਮ੍ਰਿਤਸਰ ਪੜ੍ਹਦੇ ਸੀ, ਉਹਨਾਂ ਨੇ ਐਲਾਨ ਕਰਤਾ, ਬਣੇ ਨਹੀਂ ਸੀ, ਇੱਕ ਵਾਰ ਵੀ ਇੰਨੇ ਮੁੱਖ ਵੀ ਬਣ ਗਏ ਸੀ, ਬਣੇ ਨਹੀਂ ਸੀ ਸਾਰੇ। ਉਹਨਾਂ ਨੇ ਐਲਾਨ ਕਰਤਾ ਅਖਬਾਰ ਦੇ ਵਿੱਚ ਕਿ ਅਸੀਂ ਵੀ ਈਸਾਈ ਬਣ ਜਾਣਾ। ਇਹ ਦੂਜਾ ਚੈਲੰਜ ਸੀ ਉਸ ਸਮੇਂ। ਪੰਡਿਤ ਸ਼ਾਰਦਾ ਰਾਮ ਗਲੋਰੀ ਨੇ ਵੀ ਬਹੁਤ ਕੂਲ ਰੂਲ ਬੋਲਿਆ ਸਿੱਖੀ ਬਾਰੇ। ਫਿਰ ਬਾਬਾ ਖੇਮ ਸਿੰਘ ਬੇਦੀ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦੇਵ ਸਿੰਘ, ਭਾਈ ਜਵਾਹਰ ਸਿੰਘ, ਇਹਨਾਂ ਨੇ ਇੱਕ ਇਕੱਠ ਕਰਕੇ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਕੀਤਾ 1872-30 ਅਕਤੂਬਰ 1872 ਦੇ ਵਿੱਚ। ਉਹਦੇ ਜੋ ਨਿਸ਼ਾਨੇ ਤੇ ਕੇਵਲ ਤੇ ਕੇਵਲ ਸਿੱਖੀ ਨਾਲ ਸੰਬੰਧਿਤ ਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸਮਾਜ ਵਿੱਚੋਂ ਸਮਾਜ ਦੀ ਜੋ ਬੁਰਾਈਆਂ ਦੀਆਂ ਉਹਨੂੰ ਦੂਰ ਕਰਨ ਲਈ, ਪਰੰਤੂ ਜਲਦੀ ਹੀ ਇਹ ਸਭਾ ਭਟਕ ਗਈ, ਆਪਣੇ ਸ਼ਾਲ ਤੋਂ ਭਟਕ ਗਈ। ਮੈਂ ਗੱਲ ਕਹਿਣੀ ਹੋਰ ਭੁੱਲ ਗਿਆ, ਉਸ ਸਮੇਂ ਜਦੋਂ ਸਿੱਖਾਂ ਦੀ ਗਿਣਤੀ ਘਟਣ ਲੱਗ ਗਈ ਸੀ, ਬਾਹਰਲੀਆਂ ਅਖਬਾਰਾਂ ਇਹ ਕਹਿਣ ਲਈ ਮਜਬੂਰ ਹੋ ਗਈਆਂ ਦੀਆਂ ਵੀ ਜੇ ਅੱਜ ਤੋਂ 25 ਸਾਲ ਬਾਅਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ, ਉਹ ਸਿਰਫ ਤੇ ਸਿਰਫ ਅਜਾਇਬ ਘਰਾਂ ਦੇ ਵਿੱਚ ਹੀ ਦਰਸ਼ਨ ਹੋਣਗੇ। ਇਹ ਵੀ ਸਾਡੇ ਵਾਸਤੇ ਚੈਲੰਜ ਸੀ। ਸਿੱਖ ਸਭਾ ਸ੍ਰੀ ਗੁਰੂ ਅੰਮ੍ਰਿਤਸਰ ਸਿੱਖ ਸਭਾ ਬਣ ਗਈ ਸੀ। ਉਹਦੇ ਵਿੱਚ ਗਿਆਨੀ ਦੇਵ ਸਿੰਘ ਨੂੰ ਵੀ ਸ਼ਾਮਿਲ ਜੀ, ਪ੍ਰੋਫੈਸਰ ਗੁਰਮੁਖ ਸਿੰਘ ਨੂੰ, ਪਰੰਤੂ ਇਹਨਾਂ ਦੀ ਸੋਚ ਹੋਰ ਸੀ। ਇਹ ਵੀ ਦਿਲ ਚ ਬਚਾਉਂਦਾ ਵੀ ਬਾਬਾ ਖੇਮ ਸਿੰਘ ਬੇਦੀ ਨੇ ਗਿਆਨੀ ਦੇਵ ਨੂੰ ਥਾਪੜਾ ਦਿੱਤਾ ਸੀ ਵੀ ਦੱਬ ਕੇ ਕੰਮ ਕਰੋ, ਪੈਸੇ ਦੀ ਕੋਈ ਲੋੜ ਨਹੀਂ, ਕਿਉਂਕਿ ਬਾਬਾ ਖੇਮ ਸਿੰਘ ਬੇਦੀ ਸਭ ਤੋਂ ਅਮੀਰ ਆਦਮੀ ਸੀ, ਅੰਗਰੇਜ਼ਾਂ ਦਾ ਟਾਊਟ ਸੀ, ਅੰਗਰੇਜ਼ੀ ਰਾਜ ਸਮੇਂ ਉਹ ਜੱਜ ਵੀ ਬਣ ਰਿਹਾ। ਸਰਦੀ ਵੱਧਦੀ ਗਈ, ਕਾਂਗੜੇ ਵਿੱਚ 2700 ਏਕੜ ਜ਼ਮੀਨ ਉਹਦੇ ਨਾਂ ਤੇ, ਪੂਰਾ ਬੋਲਵਾਲਾ ਸੀ, ਜਿੱਦਾਂ ਹੁਣ ਬੋਲਵਾਲਾ ਉੱਥੇ ਬੋਲਵਾਲਾ ਸੀ, ਪਰੰਤੂ ਉਹਨਾਂ ਦੀ ਕੁੱਲ ਉਸ ਸੀ ਵੀ ਉਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ 13ਵੀਂ ਕੁੱਖੋਂ ਦੱਸਦੇ ਸੀ। ਇੱਕ ਹੋਰ ਵੱਡੀ ਖੂਬੀ ਸੀ ਉਹਨਾਂ ਦੇ ਵਿੱਚ, ਉਹ 2-in-1 ਸੀ, ਗਾਤਰਾ ਵੀ ਪਹਿਨਦੇ ਤੇ ਜਨੇਊ ਵੀ ਪਹਿਨਦੇ ਤੇ, ਸਿੱਖਾਂ ਜਾਂਦੇ ਤੇ ਗਾਤਰਾ ਪਾ ਕੇ, ਹਿੰਦੂਆਂ ਜਾਂਦੇ ਤੇ ਤਾਂ ਜਨੇਊ ਪਹਿਨਦੇ ਤੇ। ਬੜਾ ਸੰਘਰਸ਼ ਲੜਿਆ ਦੋਨੋਂ ਯੋਧਿਆਂ ਨੇ। ਮੈਂ ਕਹਿੰਦਾ ਵੀ ਜੇ ਇਹ ਦੋਨੋਂ ਯੋਧੇ ਨਾ ਹੁੰਦੇ ਤਾਂ ਸਾਡੇ ਸਿਰਾਂ ਦੇ ਦਸਤਾਰ ਟੇਕ ਨਹੀਂ ਦੀ ਰਹਿਣੀ, ਅਸੀਂ ਘੋਣੇ ਮੋਣੇ ਹੋਣਾ ਸੀ, ਸਾਰਿਆਂ ਨੇ ਕੰਨਾਂ 'ਚ ਮੁੰਦਰੀਆਂ ਹੋਣਾ ਸੀ। ਇਹਨਾਂ ਦੀ ਗੌਰਮੈਂਟ ਹੈ, ਬਹੁਤ ਬਣਾਇਆ, ਬਹੁਤ ਇਹਨਾਂ ਨੂੰ ਬੇਨਤੀਆਂ ਕੀਤੀਆਂ, ਪਰ ਨਹੀਂ, ਆਖਿਰ ਇਹਨਾਂ ਨੇ ਆਪਣੀ ਵੱਖਰੀ ਸਭਾ ਬਣਾ ਲਈ 1878 ਦੇ ਵਿੱਚ। ਫਿਰ ਇੱਕ ਦਿਨ ਭਰੇ ਸਮਾਗਮ ਦੇ ਵਿੱਚ ਐਡੇ ਵੱਡੇ, ਹੁਣ ਅਸੀਂ
ਮਿਲ ਜਾਣੇ, ਇੱਕ ਬੰਦੇ ਮਿਲ ਜਾਣੇ ਸਾਰਾ ਪੰਜਾਬ, ਵੀ ਪਤਾ ਨੀ ਕਿਆ ਹੋ ਜਾਊਗਾ ਉਹਦੇ ਨਾਲ, ਪੂਰੀ ਸਰਕਾਰ ਦੀ ਬਾਬਾ ਜੇਬ ਦੀ ਬੇਦੀ ਨਾਲ, ਉਹਦੇ ਨਾਲ ਬਹੁਤ ਵੱਡਾ ਪਰਿਵਾਰ ਸੀ। ਦੋ ਯੋਧਿਆਂ ਨੇ ਭਰੇ ਸਮਾਗਮ ਦੇ ਵਿੱਚ ਦਰਬਾਰ ਸਾਹਿਬ ਵਿੱਚ ਪਹਿਲਾਂ ਮੂਰਤੀਆਂ ਬਣਾਈਆਂ ਸਾਰੀਆਂ ਜਿਹੜੀਆਂ ਪਈਆਂ ਸੀ, ਲੱਤਾਂ ਧੁੱਕੇ ਬਾਹਰ ਟੁੱਟਿਆ, ਉਸ ਤੋਂ ਬਾਅਦ ਕਿਸੇ ਨੇ ਯੁੱਧ ਨਹੀਂ ਕੀਤੀ। ਇਹ ਉਹਨਾਂ ਦੀ ਬਦੌਲਤ ਸੀ, ਉਹਨਾਂ ਦੇ ਯੁੱਧ ਦੀ, ਕਿਉਂਕਿ ਉਹ ਸਿੱਖੀ ਨੂੰ ਮੁੱਢ ਤੋਂ ਲੈ ਕੇ ਸਮਰਪਿਤ ਤੇ ਮੁਕੱਦਮਾ ਹੋ ਗਿਆ। ਬਾਬਾ ਪੂਜੇ ਸਿੰਘ ਨੇ ਕਰਿਆ ਸੀ ਮੁਕੱਦਮਾ, 51 ਰੁਪਏ ਜੁਰਮਾਨਾ ਹੋਇਆ, ਉੱਚਲੀ ਅਦਾਲਤ ਨੇ ਮਾਫ ਕਰਤਾ। ਇਹ ਦੌਰਾ ਅਖਬਾਰ ਜਿਹੜਾ ਹੈ ਉਹ ਸ਼ੁਰੂ ਕਰਿਆ, ਤੇ ਮੈਂ ਕਹਿਣਾ ਹੁੰਦਾ, ਅੱਛਾ ਵੀ ਮੈਂ ਲਿਖਤਾ ਨਹੀਂ ਲਿਖਦਾ, ਵੀ ਗਿਆਨੀ ਜਿੱਤ ਸਿੰਘ ਦੁਨੀਆਂ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਨ। ਦੁਨੀਆਂ ਗਿਆਨੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਪਹਿਲੇ ਬੰਦੇ ਸਨ ਜਿਹਨਾਂ ਨੂੰ ਗੋਲਡ ਮੈਡਲ ਮਿਲਿਆ, ਕਿਉਂਕਿ ਸਾਰੀ ਯੂਨੀਵਰਸਿਟੀ ਚੋਂ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਫਸਟ ਆਏ ਸੀ। ਲਾਰਡ ਲਿੰਬ ਨੇ ਉਹਨਾਂ ਨੂੰ ਸੋਨੇ ਦੀ ਘੜੀ ਦਿੱਤੀ ਸੀ, ਪੰਜਾਬੀ ਅਖਬਾਰ ਦੇ ਪਿਤਾਵਾਂ ਸਨ। ਇੱਕ ਹੋਰ ਵੱਡੀ ਗੱਲ ਮੈਂ ਤੁਹਾਨੂੰ 2 ਘੰਟੇ ਦੱਸਣੀ, ਉਹਨਾਂ ਜ਼ਿੰਦਗੀ ਬਾਕੀ ਦਿਨ ਦੱਸਦਾ। ਸਵਾਮੀ ਦਯਾਨੰਦ ਨੂੰ ਲਗਾਤਾਰ 3 ਧਰਮ ਬਹਿਸਾਂ ਵਿੱਚ ਹਰਾਉਣ ਵਾਲਾ ਯੋਧਾ ਇਹੀ ਸੀ ਗਿਆਨੀ ਜਿੱਤ ਸਿੰਘ। 3 ਵਾਰ ਲਗਾਤਾਰ ਸਵਾਮੀ ਦਯਾਨੰਦ ਨੂੰ ਹਰਾਇਆ ਗਿਆਨੀ। ਸਵਾਮੀ ਦਯਾਨੰਦ ਤੇ ਦਾਦਰਾ ਦੇ ਯੂਨੀਵਰਸਿਟੀਆਂ, ਕਾਲਜ, ਹਸਪਤਾਲ, ਇਹਨਾਂ ਵਿਚਾਰਿਆਂ ਦੇ ਨਾਂ ਤੇ 2000 ਸਾਲ ਮੌਤ ਤੋਂ 100 ਸਾਲ ਬਾਅਦ ਤੱਕ ਵੀ ਕੁਛ ਨੀ ਜੀ, ਸਿਰਫ ਪਿੰਡ ਕਲੌੜ ਦੇ ਘੇਰੇ ਦੇ ਅੰਦਰ ਅੰਦਰ ਜਿਹੜੇ 10-15 ਪਿੰਡ ਦੇ ਸਾਡੇ ਜੁੜਮ ਹੈ ਉਹਨਾਂ ਦੀ ਵਾਸੀ ਬਣਾ ਦਿੱਤੇ, ਇਹ ਬਾਅਦ ਕੁਛ ਨਹੀਂ ਸੀ। ਫਿਰ 2001 ਤੋਂ ਜੋ ਵੀ ਅਸੀਂ ਅੱਜ ਬੈਠੇ ਹਾਂ ਇਹ 2001 ਤੋਂ ਬਾਅਦ ਹੋਇਆ, ਜੋ ਵੀ ਹੋਇਆ। ਅਗਲੀ ਗੱਲ, ਬਹੁਤ ਸਾਰੇ ਵਿਦਵਾਨਾਂ ਨੇ 1500 ਵਿੱਚੋਂ ਪਹਿਲਾਂ 1500 ਵਿਦਵਾਨਾਂ ਨੇ ਪੁਸਤਕਾਂ ਲਿਖੀਆਂ, ਉਹਨਾਂ ਨੇ ਲਗਭਗ ਸਾਰਿਆਂ ਨੇ ਮੇਰੇ ਪਿੰਡ ਦੇ ਮੈਨੂੰ ਪਹਿਲਾਂ ਬਹੁਤ ਵੱਡੇ ਵਿਦਵਾਨ, ਮੇਰੇ ਬਹੁਤ ਵੱਡੇ ਵਿਦਵਾਨ ਹੈ ਡਾਕਟਰ ਕਨੈਲ ਸਿੰਘ ਸੋਮਨ, ਉਹ ਵੀ ਗਿਆਨਜੀਤ ਸਿੰਘ ਪੂਰੀ ਤਰ੍ਹਾਂ ਸਮਰਪਿਤ ਹੈ, ਬਹੁਤ ਸਾਰੀ 25 ਕਿਤਾਬਾਂ ਲਿਖੀਆਂ ਉਹਨਾਂ ਨੇ, ਉਹਨਾਂ ਨੇ ਕਿਤਾਬ ਲਿਖੀ। ਪਰੰਤੂ ਸਾਰਿਆਂ ਨੇ ਇੱਕ ਗੱਲ ਲਿਖੀ ਵੀ 1940 ਦੇ ਵਿੱਚ ਗਿਆਨੀ ਜਿੱਤ ਸਿੰਘ ਦੇ ਪਰਿਵਾਰ ਦਾ ਖਾਤਮਾ ਹੋ ਗਿਆ, ਕਿਉਂਕਿ ਗਿਆਨੀ ਜਿੱਤ ਸਿੰਘ ਦੇ ਲੜਕੇ ਡਾਕਟਰ ਬਲਦੇਵ ਸਿੰਘ ਦੀ 1940 ਡੈਥ ਹੋ ਗਈ ਸੀ। ਬਾਕੀ ਕਿਸੇ ਨੇ ਇਹ ਨਹੀਂ ਸੋਚਿਆ ਵੀ ਡਾਕਟਰ ਬਲਦੇਵ ਸਿੰਘ ਦਾ ਕੋਈ ਧੀ ਪੁੱਤਰ ਦੀ ਪਤਨੀ ਕਿੱਥੇ ਗਈ। ਜਦੋਂ ਅਸੀਂ ਪੱਤਰਿਕਾ ਸ਼ੁਰੂ ਕੀਤੀ, ਭਾਈ ਦੇਸੀ ਪੱਤਰਿਕਾ ਸ਼ੁਰੂ ਕੀਤੀ, ਸਾਡੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਬੈਠੇ ਇੱਕ ਬੰਦੇ ਨੇ ਸਵਾਲ ਕਰਿਆ, ਅੱਜ ਉਹ ਮੈਂ ਸਵਾਲ ਕਰਿਆ ਹੈਗਾ, ਅਸੀਂ ਪੱਤਰਿਕਾ ਦੇ ਥਰੂ ਲੱਭ ਲਿਆ, ਉਹਨਾਂ ਨੇ ਇੱਕ ਸ਼ੁੱਧ ਸੰਗੀਤ ਸ਼ਾਸਤਰ ਮੈਂ ਲੈ ਕੇ ਆਇਆ ਹੈਗਾ, ਸ਼ੁੱਧ ਸੰਗੀਤ ਸ਼ਾਸਤਰ ਲਿਖੀ ਸੀ ਕਿਤਾਬ ਉਹਨਾਂ ਨੇ, ਉਹ ਕਿਤਾਬ ਜਿੱਥੇ ਡਾਕਟਰ ਬਲਦੇਵ ਸਿੰਘ ਲਿਖਿਆ ਹੋਇਆ ਤਾ। ਅਸੀਂ ਸਪੀਡ ਬੋਟ ਪਾਈ, 21 ਵਜੇ ਉਹਨਾਂ ਨੂੰ ਮਿਲੀ, 7 ਵਾਰ ਮੈਨੂੰ ਫੋਨ ਆਇਆ, ਉਹਨਾਂ ਦੀ ਪੂਰਤੀ ਅੱਜ ਤੱਕ ਵੀ ਜਿੰਦੀ ਹੈ ਆਪਣੇ ਪਰਿਵਾਰ ਦੇ ਨਾਲ।
ਭਾਵੇਂ ਕਿ ਉਹ ਉਹਨਾਂ ਦਾ ਨਾਮ ਹੈ ਉਸ਼ਾ ਰਾਣੀ ਸ਼ੇਰ, ਕਿਉਂਕਿ ਡਾਕਟਰ ਬੋਲੇ ਸੀ ਔਰ ਬਾਬੂ ਸ਼ੇਰ ਲਿਖਦਾ ਸੀ ਤੇ ਅਸੀਂ ਪੂਰੀ ਕੱਢਿਆ ਸੀ। ਤੇ ਮੈਨੂੰ ਕਈਆਂ ਭਰਾਵਾਂ ਨੇ ਕੁਐਸਚਨ ਕਰੇ ਵੀ ਗਿਆਨਿੰਦਰ ਸਿੰਘ ਦੀ ਪੋਤੀ ਦਾ ਹਿੰਦੂ ਸੀ ਜੀ, ਹਿੰਦੂ ਨਾਲ ਵਿਆਹ ਕਰਾ ਲਿਆ ਜੀ ਉਹਨੇ। ਉਹ ਮੈਂ ਉਹਨੂੰ ਪੁੱਛਿਆ ਸਵਾਲ ਕਰਿਆ ਵੀ ਇਹ ਗਲਤੀ ਕਿਹਦੀ ਹੈ, ਉਹ ਤੁਸੀਂ ਤੈਨੂੰ ਮਰਿਆ ਛੱਡ ਤੇ ਇੱਥੇ ਜੂੰਦੇ ਵੀ ਕਰਦਾ ਉਹਨਾਂ ਨੂੰ, ਤੁਸੀਂ ਤੈਨੂੰ ਮਰੇ ਛੱਡਤਾ ਸੀ, ਸੰਭਾਲਣਾ ਕਿਹਨੇ ਸੀ, ਕੌਮ ਨੇ ਸੰਭਾਲਣਾ ਸੀ। ਜੇ ਗਿਆਨੀ ਕਿਸੇ ਨੇ ਕੌਮ ਸੰਭਾਲੀ ਤੇ ਕੌਮ ਉਹਨਾਂ ਦੇ ਇੱਕ ਬੱਚੇ ਨੂੰ ਵੀ ਮਾਰ ਸਕਦੀ। ਇਸ ਤੋਂ ਬਾਅਦ ਉਹਨਾਂ ਨੂੰ ਮੇਰਾ ਚੁਣ ਕੇ ਸੰਪਰਕ ਕਰ, ਕਿਉਂਕਿ ਉਹਦੀ ਉਮਰ ਜਿਹੜੀ 80 ਸਾਲ ਆ, ਉਹਦੇ 90 ਸਾਲ ਆ। ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰੀ ਸੀ ਵੀ ਉਹ ਸਹੀ ਕਰ ਜਾਣ, ਪਰ ਉਹਨਾਂ ਨੇ ਇਸ ਦਾ ਰਿਸਪੋਂਸ ਦਿੱਤਾ, ਪਰੰਤੂ ਜਿਹੜੇ ਹੈਗੇ ਗੁਰਬਾਣੀ ਨਾਲ ਮੁੰਡੇ ਨਾਲ ਜੁੜੇ ਹੋਏ ਆ। ਤੇ ਮੇਰੇ ਨਾਲ ਜਿਹੜਾ ਅਗਲੀ ਗੱਲ ਹੁਣ ਮੈਂ ਘਟਨਾਵਾਂ ਘਟਨਾਵਾਂ ਦੱਸਣੀਆਂ। ਖਾਲਸਾ ਕਾਲਜ ਅੰਮ੍ਰਿਤਸਰ ਦੀ ਗੱਲ ਜੇ ਅਸੀਂ ਕਰੀਏ, ਖਾਲਸਾ ਕਾਲਜ ਅੰਮ੍ਰਿਤਸਰ ਦਾ ਪਹਿਲਾ ਜਿਹੜਾ ਹੈਗਾ 23 ਅਕਤੂਬਰ 1892 ਨੂੰ ਸ਼ੁਰੂ ਹੋਇਆ ਤੇ ਅਖਬਾਰ ਦੇ ਵਿੱਚ ਗਿਆਨੀ ਸਿੰਘ ਨੂੰ ਦਿੱਤਾ। ਜਦੋਂ ਖਾਲਸਾ ਅਖਬਾਰ ਦੀ ਖਾਲਸਾ ਕਾਲਜ ਦੀ ਜ਼ਮੀਨ ਲਈ ਗਈ, ਉਹਨੂੰ ਇਮਾਰਤ ਉਸਾਰਨ ਵਾਸਤੇ ਇੱਕ ਮੀਟਿੰਗ ਹੋ ਜਾਂਦਾ, ਆਪਣੀ ਮੀਟਿੰਗ ਹੋ ਰਹੀ ਹੈ ਤਾਂ ਦਿਆਲ ਸਿੰਘ ਮਜੀਠੀਆ, ਰੋਟਕਾਲੇ ਵਾਲੀ ਗੱਲ ਮੈਂ ਬਹੁਤ ਵਾਰੇ ਲਿਖਿਆ, ਮੈਗਜ਼ੀਨ 'ਚ ਵੀ ਲਿਖਿਆ, ਅਖਬਾਰ 'ਚ ਵੀ, ਦਿਆਲ ਸਿੰਘ ਮਜੀਠੀਆ ਜੀ ਦਾ ਕਿ ਪੰਜਾਬੀ ਜ਼ਮੀਨ ਚੱਲਦਾ ਬਹੁਤ ਵੱਡਾ ਰੀਸ ਸੀ, ਬਹੁਤ ਵੱਡੀ ਜਾਇਦਾਦ ਸੀ, ਜਿਹਦੇ ਕੋਲ ਅੰਦਰ ਹਾਲਾਤ ਕੋਈ ਨਹੀਂ ਸੀ। ਉਹਨੇ ਖੜੇ ਹੋ ਕੇ ਕਿਹਾ ਵੀ ਕਾਲਜ ਦਾ ਨਾਮ ਦਿਆਲ ਸਿੰਘ ਮਜੀਠੀਆ ਰੱਖ ਦਿਓ, ਸਾਰਾ ਖਰਚਾ ਮੈਂ ਕਰੂੰਗਾ। ਇਹ ਦੋਵੇਂ ਯੋਧੇ ਤੇ ਪ੍ਰੋਫੈਸਰ ਕੁਕਰੀ ਤੇ ਗਿਆਨੀ ਸਿੰਘ ਕਹਿੰਦੇ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ, ਕਾਲਜ ਦਾ ਨਾਂ ਖਾਲਸਾ ਕਾਲਜ ਹੋਊਗਾ, ਉਹ ਖਾਲਸਾ ਕਾਲਜ ਜਿਹਦਾ ਅੱਜ ਪੂਰੀ ਦੁਨੀਆਂ ਵਿੱਚ ਇੱਕ ਨੰਬਰ ਹੈ, ਪੂਰੀ ਦੁਨੀਆਂ ਦੇ ਨਾਲ ਖਾਲਸਾ ਕਾਲਜ ਮਿਲ ਜਾਂਦਾ, ਉਹਨੂੰ ਬਣਾਉਣ ਵਾਲੇ ਕੌਣ ਹੈ? ਇਹ ਯੋਧੇ, ਦੋਨੋਂ ਯੋਧੇ। ਅਕਾਲ ਮੁਰਦੇ ਦੀ ਗੱਲ ਚੱਲਦੀ ਹੈ, ਅਸੀਂ 2001 ਵਿੱਚ ਗਏ ਉੱਥੇ, ਵੀ ਉਹਨੇ ਇੱਕ ਥੜਾ ਹੁੰਦਾ ਸੀ, ਉਹ ਗੁਰਦੁਆਰਾ ਕਹਿੰਦੇ ਵੀ ਅਸੀਂ 6 ਮਹੀਨੇ ਪਹਿਲਾਂ ਥੋੜਾ ਲਾਹੌਰ ਤੋਂ ਚੱਲ ਕੇ ਹਰ ਮਹੀਨੇ ਅਕਾਲ ਦਲ ਮੁਰਦੇ ਲਿਆਉਂਦੇ ਸੀ, ਥੜੇ ਦੇ ਦੋ ਵਾਲੇ ਲੈਕਚਰ ਹੁੰਦੇ ਸੀ, ਬੜੀ ਉਹਨਾਂ ਤਾਕਤ ਸੀ। ਜਦੋਂ ਲੈਕਚਰ ਖਤਮ ਹੋ ਜਾਣਾ ਤਾਂ ਉਹਨਾਂ ਨੂੰ ਜੋੜਾ ਨੂੰ ਬਣਾ ਕੇ ਉੱਪਰ ਤੋਂ ਦੇਖ ਸੁੱਟੀ ਜਾਂਦੀ ਸੀ, ਦੇਖੋ ਕਿੰਨੀ ਸਹਿਣਸ਼ੀਲਤਾ, ਅਗਲੇ ਮਹੀਨੇ ਫੇਰ ਆਉਂਦਾ ਸੀ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ, ਸਿੱਖੀ ਨੂੰ ਸਮਰਪਿਤ ਆ, ਅਸੀਂ ਕਿਹੜੇ ਸਾਡੇ ਦਾ ਕੋਈ ਵੀ ਨਹੀਂ ਸਮਰਪਿਤ, ਇਹਦਾ ਤੇ ਬਨਵਾਸ ਦਾ ਜਿਵੇਂ ਬਨਵਾਸ ਕੋਈ ਬੰਦਾ ਅੱਜ ਕੱਲ੍ਹ ਬੱਚੇ ਨੂੰ ਕਹਿ ਦਿਓ ਇੰਨੀ, ਮੈਂ ਕਿਹਾ ਇਹਦੇ ਨਾਲੋਂ 1000 ਗੁਣਾ ਘੱਟ ਬੇਇੱਜ਼ਤੀ ਕਰ ਦਿਓ, ਬੱਚਾ ਤੁਹਾਨੂੰ ਮੁੜ ਕੇ ਬੁਲਾਊਗਾ ਨੀ। ਅਗਲੇ ਕਿਹੜਾ ਹੈ ਮਹੀਨੇ ਫੇਰ ਆਉਂਦਾ ਸੀ ਇਸ ਗਿਆਨੀ ਦੱਸ, ਸਵੇਰ ਨੂੰ ਕਰਦੇ ਹੋਏ ਮੈਂ ਸ਼ੌਕਾ ਕਰਨਾ, ਕਈ ਲਿਖਾਰੀਆਂ ਨੇ ਕਿਹਾ, ਕਈ ਬਹੁਤ ਸਾਰਿਆਂ ਨੇ ਕਿਹਾ
ਸਿਰਫ ਡਾਕਟਰ ਗੁਰਗੋਣੀ ਨੇ ਖੋਜ ਕੀਤੀ ਹੈ, ਕਿਉਂਕਿ ਉਹ 14 ਸਾਲ ਬਾਦਪੁਰ ਹੈ ਗਿਣਤੀ ਸੀ ਜੀ। 14 ਸਾਲ ਦੇ ਅਖਬਾਰ ਸਾਰੇ ਗੁਰਦਾਸਪੁਰ ਮੌਜੂਦ ਹਨ। ਉਹਨਾਂ ਨੂੰ ਲੱਭਿਆ ਗਿਆ, ਉਹਨਾਂ ਦੇ ਕਾਰਜੀ ਗੱਲ ਹੈ ਮੋਨਾ ਪ੍ਰਚਾਰਕ ਤੇ ਮੇਰਾ ਧਰਮ, ਉਹਦੇ ਲਈ ਗੱਲ ਦੇ ਸੀ ਲਿਖਦੇ ਆ, ਆਪ ਲਿਖਦੇ ਆ ਉਹ ਵੀ ਮੈਂ ਸਾਰੀ ਉਮਰ ਆਰੀਆ ਸਮਾਜ ਦਾ ਨਾ ਮੈਂਬਰ ਬਣਿਆ ਨਾ ਢੇਲਾ ਮੈਂਬਰਸ਼ਿਪ ਦਿੱਤੀ। ਬਹੁਤ ਸਾਰੇ ਕਹੀ ਜਾਂਦੇ ਆ ਬਿਨਾਂ ਪੜ੍ਹੇ, ਬਹੁਤ ਸਾਰੇ ਸਾਨੂੰ ਲਿਖਿਆ ਵੀ ਆਇਆ। ਹਾਂ ਕਹਿੰਦਾ ਉਹਦੀ ਮੌਤ ਤੋਂ ਬਾਅਦ ਕਈ ਆਰੀਆ ਸਮਾਜੀ ਮੇਰੇ ਚੰਗੇ ਭਾਈ ਤੇ ਚੰਗੀ ਮੇਰੀ ਸਾਂਝ ਸੀ ਉਹਨਾਂ ਚ, ਉਹਨਾਂ ਨੇ ਮੈਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੀ ਸਿਹਤ ਤੇ ਬੋਲਿਆ ਕਰੋ। ਉਹਨੇ ਕਿਹਾ ਵੀ ਮੈਂ ਤਾਂ ਬੋਲੂੰਗਾ ਸਿਰਫ ਸਿੱਖੀ ਦਾ ਪ੍ਰਚਾਰ ਕਰੂੰਗਾ। ਕਹਿੰਦਾ ਮੈਂ ਥੋੜ੍ਹੀ ਲੋਕਲ ਸਿਹਤਾਂ ਦਾ ਕੰਮ ਕੀਤਾ, ਬਾਕੀ ਕੁਝ ਜਿਹੜੇ ਨਵੇਂ ਆਦੇਸ਼ ਵਾਜੇ ਨੇ ਉਹ ਫਿਰ ਮੇਰੇ ਪਾ ਬੋਲਣ ਲੱਗ ਗਏ ਤੇ ਮੈਂ ਮੁੱਕੇ ਲੱਗ ਗਿਆ। ਸੋ ਅੱਜ ਦੇ ਇਸ ਸਮਾਗਮ ਦੇ ਧਾਮੇ ਕੇ ਇਹ ਸਾਡੀ ਦਾ ਵਿਸ਼ੇਸ਼ ਆਤੇ ਹੈ ਵੀ ਅਸੀਂ ਬਹੁਤ ਘੱਟ ਜਿਹੜੇ ਹਾਂ ਜੇ ਧਾਰਮਿਕ ਸਮਾਗਮ ਚਾਹੁੰਦੇ ਹਾਂ। ਤੁਸੀਂ ਆਏ, ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ, ਬੜੇ ਬੜੇ ਇੱਕ ਬਹੁਤ ਚੰਗੇ ਚੰਗੇ ਬੁਲਾ ਰਹੇ ਨੇ, ਜਿੱਦਾਂ ਕੱਲ੍ਹ ਇਹਨਾਂ ਦੀ ਪਰਸੋਂ ਇੰਟਰਵਿਊ ਆਈ ਕੀਤੀ ਤੇ ਉਹ ਲਗਭਗ ਮੈਂ ਵੀ ਸੁਣੀ ਆ, ਉਹ ਵੀ ਤੁਹਾਡੇ ਸਾਰੇ ਸੁਣੀਆਂ ਵੀ ਆ, ਜੇ ਨਹੀਂ ਕਿਸੇ ਸੁਣੀ ਉਹ ਵੀ ਸੁਣ ਲਿਓ ਤੇ ਹੋਰ ਵੀ ਵੱਡੇ ਵੱਡੇ ਬੁਲਾਰੇ ਜਿਹੜੇ ਹੈਗੇ ਉਹ ਆਏ, ਉਹਨਾਂ ਦੇ ਵਿਚਾਰ ਸੁਣੇ ਆ ਤੇ ਵਧਾਈ ਦੇ ਪਾਤਰ ਹੈ ਜਿਹਨਾਂ ਨੇ ਸਵਾਗਤ ਕਰਾਇਆ ਸਿੱਖ ਫਾਊਂਡੇਸ਼ਨ ਵਾਲੇ, ਬਾਬਾ ਅੰਬੇਦਕਰ ਸਿੱਖ ਫਾਊਂਡੇਸ਼ਨ ਲੁਧਿਆਣਾ ਵਾਲੇ। ਤੇ ਇਹ ਜਿਹੜੇ ਸਮਾਗਮ ਕਰਾਉਣ ਦਾ ਮਕਸਦ ਇਹ ਹੁੰਦਾ ਵੀ ਅਸੀਂ ਆਪਣੇ ਵੱਡੇ ਵਡੇਰਿਆਂ ਨੂੰ ਕਹਿੰਦੇ ਬਾਣੀਆਂ ਕਹਾਣੀਆਂ ਪੁੱਟ ਕਰੇ, ਆਪਣੇ ਵੱਡੇ ਜਿਹੜੇ ਵਡੇਰਿਆਂ ਨੂੰ ਯਾਦ ਕਰਕੇ ਉਹਨਾਂ ਨੇ ਕੌਮ ਲਈ ਕੀਤੇ ਕਾਰਜਾਂ ਨੂੰ ਯਾਦ ਕਰਕੇ ਆਉਣ ਵਾਲੀ ਨਸਲ ਲਈ ਅਸੀਂ ਕੋਈ ਸੁਨੇਹਾ ਦੇ ਸਕੀਏ, ਉਹਨਾਂ ਨੂੰ ਦੱਸ ਸਕੀਏ ਤੇ ਅਖੀਰ ਵਿੱਚ ਤਾਂ ਬੇਨਤੀ ਕਰਾਂਗਾ ਕਿ ਜੋ ਮੈਂ 10 ਸਾਲ ਤੋਂ ਮੈਂ ਇੱਥੇ ਚਲਾ ਰਿਹਾ ਹਾਂ ਭਾਈ ਜੋਸ਼ੀ ਪੱਤਰਕਾਰ, ਕੋਈ ਵੀ ਬੰਦਾ ਬੁਲਾ ਸਕਦਾ, ਕਿਸੇ ਦੇ ਕੋਈ ਪੈਸੇ ਨਹੀਂ ਦਿੰਦਾ, ਜੇ ਕੋਈ ਦੇ ਦਿੰਦਾ 50 ਰੁਪਏ ਪਾਣੀ ਜੇ ਤੋਂ ਕਰਦਾ ਮਰਜ਼ੀ ਕਿਰਪਾ। ਕਈ ਕਹਿੰਦਾ ਅਸੀਂ ਪੜ੍ਹਨਾ ਨਹੀਂ ਜੀ, ਹਾਂ ਕਿਉਂ ਕਦੇ ਕਦੇ ਚੰਦਾ ਦੇ ਸਕਦੇ, ਚੰਦਾ ਮੰਗ ਕੇ ਤੇ ਮੰਗਦਾ ਨਹੀਂ ਹੈ, ਹਰ ਸਟੇਜ ਤੇ ਮੇਰੀ ਗੱਲ ਕਹਿੰਦਾ ਵੀ ਮੈਂ ਕਿਸੇ ਚੰਦਾ ਨਹੀਂ ਮੰਗਦਾ, ਸਿਰਫ ਮੈਨੂੰ ਤੁਸੀਂ ਆਪਣਾ ਐਡਰੈਸ ਦਿਓ, ਅਗਲੇ ਮਹੀਨੇ ਤੁਹਾਡੇ ਕੋਲ ਮੈਗਜ਼ੀਨ ਪਹੁੰਚੂਗਾ, ਜਿੱਥੇ ਐਡਰੈਸ ਲਿਖੋਗੇ ਉੱਥੇ ਤੇ 6-94 ਜਿਹੜੇ ਮੈਗਜ਼ੀਨ ਆ ਉਹ ਮਿਲ ਜਾਣਗੇ। ਇੱਕ 10 ਦੀ ਕਿਤਾਬ ਲਿਖੀ ਹੈ, ਉੱਥੇ ਫਿਲਮ ਬਣਨ ਦਾ ਪ੍ਰੋਗਰਾਮ ਬਣਾ ਰਿਹਾ ਹੈਗਾ, ਸਿੱਖ ਫੌਮ ਦੇ ਤੌਰ ਤੇ ਵਿਦਵਾਨ ਗਿਆਨਿੰਦਰ ਸਿੰਘ, ਉਹਦੀ ਬਸ ਕੀਮਤ ਮੈਂ ਰੱਖੀ ਹੈਗੀ 400 ਤੇ ਜੇ ਕੋਈ ਬੰਦਾ ਸ਼ੌਕ ਨਾਲ ਪੜ੍ਹਨਾ ਚਾਹੁੰਦਾ ਤਾਂ ਉਹਦੀ ਕੋਈ ਕੀਮਤ ਨਹੀਂ। ਆਹੀ ਇੱਕ ਮੇਰੀ ਬੇਨਤੀ ਹੈ, ਕਿਉਂਕਿ ਉਹਦੇ ਵਿੱਚ ਬਹੁਤ ਵਧੀਆ ਵਧੀਆ ਵਿਦਵਾਨ, ਮੈਂ ਪ੍ਰਿੰਸੀਪਲ ਰਿਟਾਇਰ ਹੋਇਆ, ਮੈਂ 4ਵੀਂ ਜਮਾਤ ਤੋਂ ਪੜ੍ਹਦਾ, ਮੈਂ ਪਾਸੇ ਜੁੜਿਆ ਹੋਇਆ, ਪ੍ਰੰਤੂ ਮੈਂ ਕਹਿੰਦਾ ਵੀ ਜੋ ਮੈਂ 10 ਸਾਲ ਸਿੱਖਿਆ ਲੋਕਾਂ ਨੂੰ, ਕਿਉਂਕਿ ਆਪਣੀ ਤਾਂ ਗੱਲ ਹਰੇਕ ਨੂੰ ਸੁਣਾ ਦਿੰਦਾ, ਦੂਜਿਆਂ ਦੀ ਕੋਈ ਨਹੀਂ ਸੁਣਦਾ, ਵੱਡੇ ਵੱਡੇ ਵਿਦਵਾਨ ਜੁੜੇ, ਕਿਸੇ ਨੇ ਮੈਨੂੰ ਬੋਲਤਾ ਕਹਿੰਦੇ ਬਡੂੰਗਰ ਸਾਹਿਬ ਦੇ ਨਾਲ ਤੁਸੀਂ ਆਪ ਜੀ ਮਿਲਾਇਆ ਕਰੋ, ਬਡੂੰਗਰ ਸਾਹਿਬ 6
6-7 ਮੈਨੂੰ ਕੋਈ ਕਿਤਾਬੀ ਦੇ ਦਿੰਦੇ ਆ। ਮੈਂ ਕਿਹਾ ਵੀ ਮੈਂ ਉਹਨਾਂ ਨੂੰ ਪਾਰਟੀ ਦੇ ਤੌਰ ਤੇ ਨਹੀਂ ਦੇਖਦਾ, ਮੈਂ ਉਹਨੂੰ ਵਿਦਵਾਨ ਦੇ ਤੌਰ ਤੇ ਦੇਖਦਾ, ਬਹੁਤ ਵੱਡੇ ਵਿਦਵਾਨ ਆ ਉਹ ਇਸ ਤੌਰ ਤੇ, ਉਹ ਫਿੱਟ ਲੱਭ ਤਾਂ ਹੋਏ ਪਏ ਆ, ਸਿੱਖ ਕੌਮ ਦੇ ਵਿਦਵਾਨ ਆ ਉਹ। ਉਹਨਾਂ ਨੇ ਅਜਿਹੇ ਸਰਟੇਟ ਦਿੱਤੇ ਵੀ ਜਿਹੜੇ ਸਾਡੇ ਚਿੱਚੇ ਚੰਦਰੀ ਨਾਲ ਬੈਠੇ ਚੁੱਕੇ ਹੋਏ, ਹੋਰ ਵੀ ਬਹੁਤ ਸਾਰੇ ਸਾਡੇ ਵੱਡੇ ਵੱਡੇ ਵਿਦਵਾਨ ਜਿਹੜੇ ਹੈ ਉਹ ਪੜ੍ਹ ਕੇ ਨਵੀਂ ਨਵੀਂ ਗੱਲਾਂ ਬੁਣੀਆਂ। ਬਸ ਇਹੀ ਮੇਰੀ ਬੇਨਤੀ ਹੈ ਵੀ ਆਪਾਂ ਜਿਹੜੇ ਹਨ ਉਹ ਬੈਕਿੰਗ ਤੁਸੀਂ ਮੈਨੂੰ ਦੱਸ ਦੇ ਦਿਓ, ਠੀਕ ਹੈ ਨਾ, ਮੇਰਾ ਨੰਬਰ ਨੋਟ ਕਰ ਲਓ। ਬਾਅਦ ਵੀ ਕੁਛ ਮੈਂ ਲਾਈਨ 100-150 ਤੋਂ ਬੈਕਿੰਗ ਦੇਖੀਆਂ ਉੱਥੇ ਦੱਸ ਦੂੰਗਾ, ਉਹਦੇ ਤੁਸੀਂ ਆਪਾਂ ਨੂੰ ਦੇ ਸਕਦੇ ਹਾਂ। ਅੰਤ ਵਿੱਚ ਜੇ ਕਿਸੇ ਦੇ ਖਿਲਾਫ਼ ਜਾਂ ਹੋਰ ਵੀ ਹੁੰਦਾ ਹੀ ਹੋਵੇ ਉਹ ਮੈਂ ਸੰਗਤਾਂ ਨੂੰ ਵਾਹਿਗੁਰੂ ਦਾ ਖਾਲਸਾ।